Dear students, now let us start with your last remaining chapter, The Elixir of Life by C.V. Raman. So something about the author first. C.V. Raman was born in 1888 and he died in 1970. And he was a professor of physics, though he joined the civil services in 1907, but resigned from the job when he was offered professorship of physics in a science college in Calcutta University. So he was a physics teacher, and for his contribution to the field of science, the Queen of England conferred knighthood on C.V. Raman in 1929, and he also got the Nobel Prize for Physics in 1930. And from 1933 to 1949, he served as a professor of physics at the Indian Institute of Sciences in Bangalore. So later in his life, the Indian government bestowed on him the first of its national professorships. So this is all about the author. I think you must have heard this name, C.V. Raman. A very famous scientist who was known worldwide. So now let us start with the chapter, The Elixir of Life. So first of all, what is the meaning of elixir? So elixir is a magic potion, a liquid which is supposed to make people live eternally. Ek aidan da taral padarth ਜਿਹਨੂੰ ਪੀ ਕੇ ਕੀ ਮੰਨਿਆ ਜਾਂਦਾ ਹੈ ਕਿ ਮਨੁੱਖ ਜਿਹੜਾ ਉਹ ਕੀ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ. ਸੋ ਦਿਸ ਇਜ਼ ਦ ਮੀਨਿੰਗ ਆਫ ਐਲਿਕਸਰ. ਸੋ ਇਹਦੇ ਵਿੱਚ ਉਹਨੇ ਐਲਿਕਸਰ ਆਫ ਲਾਈਫ ਕਿਹਨੂੰ ਕਿਹਾ ਜਿਹੜਾ ਕਿ ਅਮਰ ਬਣਾ ਦਿੰਦਾ, ਮਨੁੱਖ ਨੂੰ ਅਮਰ ਬਣਾ ਸਕਦਾ, ਉਹ ਉਹਨੇ ਕਿਹਨੂੰ ਕਿਹਾ ਹੈਗਾ? ਵਾਟਰ ਨੂੰ. ਬਿਕੋਜ਼ ਵਿਦਆਊਟ ਵਾਟਰ ਨੋ ਲਾਈਫ ਇਜ਼ ਪੋਸੀਬਲ. ਵੀ ਕੈਨ ਨੋਟ ਇਮੈਜਿਨ ਲਾਈਫ ਵਿਦਆਊਟ ਵਾਟਰ. ਸੋ ਇਹਦੇ ਵਿੱਚ ਉਹਨੇ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਜੀਵਨ ਦਾ ਅੰਮ੍ਰਿਤ ਉਹਨੇ ਕਿਹਨੂੰ ਦੱਸਿਆ ਹੈਗਾ? ਵਾਟਰ ਨੂੰ. ਸੋ ਇਹਦੇ ਵਿੱਚ ਉਹਨੇ ਹੀ ਹੈਜ਼ ਅੰਡਰਲਾਈਨ ਦ ਇੰਪੋਰਟੈਂਸ ਆਫ ਵਾਟਰ ਇਨ ਹਿਊਮਨ ਐਂਡ ਪਲਾਂਟ ਲਾਈਫ. ਔਰ ਹੋਰ ਇਹਨੇ ਕੀ ਇਹਦੇ ਵਿੱਚ ਦੱਸਿਆ? ਹੀ ਹੈਜ਼ ਸੁਜੈਸਟਿਡ ਸਮ ਵੇਜ਼ ਆਫ ਵਾਟਰ ਕੰਜ਼ਰਵੇਸ਼ਨ. ਉਹਨੇ ਤਰੀਕੇ ਦੱਸਿਆ ਕਿ ਪਾਣੀ ਨੂੰ ਆਪਾਂ ਕਿੱਦਾਂ ਸੰਭਾਲ ਕੇ ਰੱਖ ਸਕਦੇ ਹਾਂ, ਕਿੱਦਾਂ ਅਸੀਂ ਇਹਦੀ ਸਾਂਭ ਸੰਭਾਲ ਕਰ ਸਕਦੇ ਹਾਂ. ਐਂਡ ਹੀ ਹੈਜ਼ ਅੰਡਰਲਾਈਨ ਸਮ ਟ੍ਰਡੀਸ਼ਨਲ ਐਂਡ ਮਾਡਰਨ ਵੇਜ਼. ਟ੍ਰਡੀਸ਼ਨਲ ਕੀ ਹੁੰਦੇ? ਜਿਹੜੇ ਪੁਰਾਣੇ ਤਰੀਕੇ ਹੈ, ਅਤੇ ਜਿਹੜੇ ਰਵਾਇਤੀ ਤਰੀਕੇ ਹੈ, ਔਰ ਮਾਡਰਨ ਮੀਨਸ ਜਿਹੜੇ ਨਵੇਂ ਤਰੀਕੇ ਹੈ. ਸੋ ਪਾਣੀ ਨੂੰ ਬਚਾਉਣਾ, ਇਹ ਸੋ ਪਹਿਲੇ ਟਾਈਮਸ ਦੇ ਵਿੱਚ ਕਿਸ ਤਰ੍ਹਾਂ ਬਚਾਇਆ ਜਾਂਦਾ ਸੀ? ਬੌਲੀਆਂ ਬਣਾਈਆਂ ਜਾਂਦੀਆਂ ਸੀ, ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ ਜਿਨ੍ਹਾਂ ਵਿੱਚ ਕਿ ਪਾਣੀ ਇਕੱਠਾ ਕੀਤਾ ਜਾਂਦਾ ਸੀ. ਐਂਡ ਇਟ ਵਾਜ਼ ਯੂਜ਼ਡ ਲੇਟਰ. ਸੋ ਹੁਣ ਉਹ ਛੱਪੜ ਵਗੈਰਾ ਖਤਮ ਹੋ ਚੁੱਕੇ ਹੈ. ਰਾਜਸਥਾਨ ਵਗੈਰਾ ਵਾਲੀ ਸਾਈਡ 'ਤੇ ਹਾਲੇ ਵੀ ਬੌਲੀਆਂ ਹੈਗੀਆਂ, ਐਂਡ ਦੇ ਆਰ ਵੈਰੀ ਯੂਜ਼ਫੁਲ, ਜਿੱਥੇ ਕਿ ਰੇਨ ਵਾਟਰ ਨੂੰ ਕੀ ਕੀਤਾ ਜਾਂਦਾ? ਇਕੱਠਾ ਕੀਤਾ ਜਾਂਦਾ. ਸੋ ਨਾਓ ਲੈਟ ਅਸ ਸਟਾਰਟ ਵਿਦ ਦ ਚੈਪਟਰ, ਦ ਐਲਿਗਜ਼ਰ ਆਫ ਲਾਈਫ. ਫਸਟ ਪੈਰਾਗ੍ਰਾਫ, ਮੈਨ ਹੈਜ਼ ਥਰੂ ਦ ਏਜਸ ਸੌਟ ਇਨ ਵੇਨ ਫੋਰ ਐਨ ਇਮੈਜਿਨਰੀ ਐਲਿਗਜ਼ਰ ਆਫ ਲਾਈਫ, ਦ ਡਿਵਾਈਨ ਅੰਮ੍ਰਿਤ, ਅ ਡਰਾਫਟ ਆਫ ਵਿਚ ਵਾਜ ਥੋਟ ਟੂ ਕੋਨਫਰ ਇਮੋਰਟੈਲਿਟੀ. ਸੋ ਪਹਿਲੀ ਲਾਈਨ 'ਚ ਉਹ ਕੀ ਕਹਿੰਦਾ ਕਿ ਮਨੁੱਖ ਐਵੇਂ ਇੰਨੇ ਯੁੱਗਾਂ ਤੋਂ, ਮਨੁੱਖ ਜਿਹੜਾ ਹੈ ਇੰਨੇ ਸੈਂਚੁਰੀਜ਼ ਤੋਂ ਧੱਕੇ ਖਾਂਦਾ ਫਿਰ ਰਿਹਾ, ਕਿਹਦੀ ਖੋਜ ਦੇ ਵਿੱਚ ਕਿ ਮੈਨੂੰ ਇੱਕ ਇੱਦਾਂ ਦਾ ਤਰਲ ਪਦਾਰਥ ਮਿਲੇ, ਇੱਕ ਇੱਦਾਂ ਦਾ ਲਿਕੁਇਡ ਮਿਲੇ ਜਿਹਨੂੰ ਮੈਂ ਪੀ ਕੇ ਅਮਰ ਹੋ ਸਕਾਂ. ਸੋ ਕੀ ਕਹਿੰਦਾ ਕਿ ਮੈਨ ਹੈਜ਼ ਥਰੂ ਦ ਏਜਸ ਸੌਟ ਇਨ ਵੇਨ. ਇਨ ਵੇਨ ਮੀਨਸ ਐਵੇਂ ਫਜ਼ੂਲ ਵਿੱਚ ਹੀ. ਸੌਟ ਦਾ ਮਤਲਬ ਕੀ ਹੈ? ਲੱਭਦਾ ਫਿਰਿਆ, ਜਦੋਂ ਕਿ ਅਸਲੀ ਅੰਮ੍ਰਿਤ ਤਾਂ ਉਹਦੇ ਕੋਲ ਪਿਆ, ਔਰ ਉਹ ਕੀ ਹੈ? ਵਾਟਰ ਹੈ. ਇਹ ਉਹ ਕਹਿ ਰਿਹਾ ਕਿ ਮੈਨ ਹੈਜ਼ ਥਰੂ ਦ ਏਜਸ ਸੌਟ ਇਨ ਵੇਨ ਫੋਰ ਐਨ ਇਮੈਜਿਨਰੀ ਐਲਿਗਜ਼ਰ ਆਫ ਲਾਈਫ. ਇਮੈਜਿਨਰੀ ਮੀਨਸ ਕਾਲਪਨਿਕ. ਐਲਿਗਜ਼ਰ ਆਫ ਲਾਈਫ ਕਿ ਇੱਦਾਂ ਦਾ ਇੱਕ ਤਰਲ ਪਦਾਰਥ. ਸੋ ਮਨੁੱਖ ਐਵੇਂ ਅੰਮ੍ਰਿਤ ਦੀ ਖੋਜ ਦੇ ਵਿੱਚ, ਅੰਮ੍ਰਿਤ ਕਹਿ ਸਕਦੇ ਹੋ ਜਾਂ ਇੱਕ ਜਿਸ ਤਰ੍ਹਾਂ ਬਹੁਤ ਇੱਦਾਂ ਦਾ ਤਰਲ ਪਦਾਰਥ ਜਿਹੜਾ ਕਿ ਤੁਹਾਡੇ 'ਤੇ ਅੰਮ੍ਰਿਤਵ ਤੁਹਾਨੂੰ ਦੇ ਦੇਵੇ. ਦ ਡਿਵਾਈਨ ਅੰਮ੍ਰਿਤ, ਅ ਡਰਾਫਟ ਆਫ ਵਿਚ, ਡਰਾਫਟ ਮੀਨਸ ਇੱਕ ਜਿਹੜਾ ਘੁੱਟ, ਵੱਡਾ ਜਿਹਾ ਘੁੱਟ ਜਿਹੜਾ ਤੁਹਾਨੂੰ ਕੀ ਦੇ ਦੇਵੇ? ਤੁਹਾਡੇ ਉੱਤੇ ਇਮੋਰਟੈਲਿਟੀ ਦਾ ਵਰਦਾਨ ਤੁਹਾਨੂੰ ਮਿਲ ਜਾਵੇ ਕਿ ਤੁਸੀਂ ਅਮਰ ਹੋ ਜਾਓ. ਬਟ ਦ ਟਰੂ ਐਲਿਗਜ਼ਰ ਆਫ ਲਾਈਫ lies near to our hands. So ਕੀ ਕਹਿੰਦਾ ਕਿ ਐਵੇਂ ਮਨੁੱਖ ਧੱਕੇ ਖਾਂਦਾ ਫਿਰਦਾ ਰਿਹਾ ਜਦੋਂ ਅੰਮ੍ਰਿਤ ਦੀ ਖੋਜ ਦੇ ਵਿੱਚ ਕਿ ਇੱਦਾਂ ਦਾ ਪਾਣੀ ਜਿਹੜਾ ਕਿ ਉਹਨੂੰ ਅਮਰ ਕਰ ਦੇਵੇ. ਪਰ ਉਹ ਕੀ ਕਹਿੰਦਾ ਕਿ ਉਹ ਅਸਲੀ ਅੰਮ੍ਰਿਤ ਤਾਂ ਤੁਹਾਡੇ ਕੋਲ ਨੇੜੇ ਪਿਆ ਹੈ.
और वो केड़ा हैगा, इट इज वॉटर ओनली, फॉर इट इज द कॉमनेस्ट ऑफ ऑल लिक्विड्स प्लेन वॉटर, कि जोड़ा सब तो ज़्यादा आम मिलन वाली चीज़ है जोड़ा सादा पानी है वही असली मैनिया दे विच की हैगा, इट इज़ द एलिक्सर ऑफ लाइफ. आई रिमेंबर वन डे स्टैंडिंग ऑन द लाइन विच सेपरेट्स द लिबियन डेजर्ट फ्रॉम द वैली ऑफ द नाइल इन इजिप्ट. सो फिर वो की दसता है कि एक बारी मैं, मैनू याद है कि मैं कितने गया सी, जिथे के लिबिया ते इजिप्ट द बॉर्डर पैंदा है. सो कहिंदा मैं एक पहाड़ी ते खड़ा सीगा और मैं देख रहा सी एक पासे की सी लिबिया सी और दूजे पासे की सी इजिप्ट सी. सो की देख रहा सी वो के लिबिया वाले पासे की सीगा, लिबिया वाले पासे दे वॉज अ डेजर्ट, डेजर्ट का मतलब ही की है रेगिस्तान सी, और दूजे पासे की सी, दूजे पासे बहुत ही इजिप्ट वाली साइड नू दिख रही सी वो की सी हरी भरी सी, हरी भरी साइड सी, इट वॉज वेरी ग्रीन. On one side was visible a sea of billowing sand without a speck of green or a single living thing and or a single living thing anywhere visible on it. So kehnda jadon main kyunki unchai te khada siga, so ik passe ohnu Libya dikh reha si, dooje passe ohnu Egypt dikh reha si, kehnda jadon main Libya wal nazar marda si ta main ki dekhda si ki ret da samundar hai jithe ke ki siga, jithe ke ik vi maada ja vi green nazar nahi aa reha si kite vi. स्पैक का मतलब है कि छोटा जहा बिंदू भी नहीं दिख रहा सीगा कि कितने कोई हरियावल होवे, और इवन कोई सिंगल लिविंग थिंग वॉज नॉट विजिबल, कोई इंसान की कोई जानवर भी नहीं नज़र आ रहा सी, उत्थे रेता ही रेता सी. ऑन द अदर साइड ले वन ऑफ द ग्रीनेस्ट मोस्ट फर्टाइल एंड डेंसली पॉपुलेटेड एरियाज टू बी फाउंड एनीवेयर ऑन द अर्थ टीमिंग विद लाइफ एंड वेजिटेशन. सो क्योंकि ऊंचाई ते खड़ा सी ता कहिंदा दूजे पासे मैं जदों नज़र मारी मैं की देखिया कि उत्थे तुसीं कह सकदे हो दुनिया दा सब तो ज़्यादा हरिया भरिया, सब तो उपजाऊ ते सब तो ज़्यादा आबादी वाला इलाका सी. केड़ा पासा सी ओ पासा सीगा इजिप्ट वाला, मिस्र, इजिप्ट नूं पंजाबी दे विच मिस्र कहा जाता है. सो कहिंदा कि पूरी दुनिया दे विच सब तो ज़्यादा हरिया भरिया ते सब तो ज़्यादा रौनक वाला आबादी वाला इलाका सी वो नज़र आ रहा सी, जिथे कि जीवन ही जीवन सी ते जिथे वैजीटेशन ही वैजीटेशन सी. वॉट मेड दिस वंडरफुल डिफरेंस. सो कहिंदा मैं सोच रहा सी भी बिल्कुल नाल नाल दोनों कंट्रीज़ लग रही हैं, एक पासे रेत ही रेत है तो दूजे पासे इन्नी ज़्यादा हरियाली किस तरह. सो क्योंकि ऊंचाई ते खड़ा है सो देख रहा है, वाई इट इज़ द वॉटर ऑफ द रिवर नाइल. सो फिर इन्हें जदों देखिया ध्यान नाल तैनू की नज़र आया कि इजिप्ट दे विचों दी क्योंकि केड़ी नदी वग रही है. सो नाउ आई मेक एन एंड. लेट अस नाउ कंटिन्यू विद द एलिक्सर ऑफ लाइफ. सो दिस इज माई सेकेंड लेक्चर इन द सीरीज एंड वी वर डूइंग द फर्स्ट पैराग्राफ. सो वी वर डिस्कसिंग द डिफरेंस बिटवीन लिबिया एंड इजिप्ट, द टू कंट्रीज विच लाई साइड बाई साइड. And as we look from a height, as the writer is telling us that he was once looking at the two countries from a height, and what he could see was that the side of Libya was a desert, and when he looked at Egypt, so just imagine ki wo height te khada hai te dekh raha hai ki do countries Libya te Egypt bilkul naal naal hai. पर हैरानी की गल की है कि एक साइड तो पूरा डेजर्ट ही डेजर्ट है तो दूजे पासे की है बहुत ही ग्रीन तो उपजाऊ धरती जिथे के मनुख जानवर तुरे फिरते हैं. सो ही वॉज सरप्राइज्ड. सो फिर उन्हें जो देखा ध्यान ना तो की समझ आई, वॉट मेड दिस वंडरफुल डिफरेंस, कि फर्क सगा, वाई इट इज़ द वॉटर ऑफ द रिवर नाइल फ्लोइंग डाउन टू द मेडिट्रेनियन फ्रॉम इट्स सोर्स अ कपल ऑफ थाउजेंड ऑफ माइल्स अवे. सो फिर उन्हों की पता लगा कि असल दे विच इजिप्ट दे विच रिवर नाइल वगदी है जिहड़ी के पहाड़ां तों निकल के जिहड़ी के इजिप्ट दे मैदानी इलाके चों हुंदी होई, जिहड़ी के कित्थे जाके मिलदी है मेडिट्रेनियन सी दे विच. सो क्योंकि उधरले इजिप्ट वाली साइड ते नदी है नाइल, जिहदे करके कि वह धरती भी बहुत ज़्यादा हरी भरी ते उपजाऊ है.
Geologists tell us that the entire soil of the Nile Valley is the creation of the river itself. So jede mahir hai oh sanu ki dasde hai ki Nile Valley. Nile Valley means jide Egypt da oh wala ilaka jide jo ki Nile nadi ho ke samundar de vich phir jaake mil jandi hai. So geologists sanu ki dasde hai ki sari hi Nile Valley di us wadi di sari jehdi mitti hai oh kine create kiti hai. It has been created by the river itself, brought down as the finest silt in its flood waters from the highlands of Abyssinia and from remote Central Africa, and laid down through the ages in the trough through which the Nile flows into the sea. So, ਉਹਨਾਂ ਨੂੰ ਕੀ ਸਾਇੰਟਿਸਟ ਸਾਨੂੰ ਕੀ ਦੱਸਦੇ ਆ ਜਿਹੜੇ ਮਾਹਿਰ ਲੋਕ ਹੈ ਸਾਨੂੰ ਕੀ ਦੱਸਦੇ ਆ ਕਿ ਜਿੰਨੀ ਵੀ नाइल वैली दी नाइल वैली सिंपली मीनस वो वाली जगह जितों के नील नदी सो जस्ट इमेजिन के नील नदी पहाड़ा चो निकली और फिर उन्हें काफ़ी सारा जड़ा मैदानी इलाका है इजिप्ट दा वो कवर किया तो फिर वो जाके कितने गिर गई जाके समुंदर दे विच गिर गई सो जदों पहाड़ा तो निकल के जदों मैदानी इलाके चो अपना सफ़र कर दिया नदी तो की कर दी है वो जड़ी पहाड़ा तो बहुत ही बारीक मिट्टी लैके आई होंगी है जी कि बहुत ही उपजाऊ मिट्टी होंगी है वनू पहाड़ा तो लिया है तो वह कितने डिपॉजिट कर दी जाती है जो वह अपना सफ़र कर रही होंगी है इजिप्ट दे उस मैदानी इलाके चो सो क्योंकि वह सारा इलाका जोड़ा वह नाइल रिवर की ही देन है सो इस करके उन्होंने क्या क्या है कि जाता है उन्होंने नाइल वैली सो उस नदी के पिछे ही वह सारा नाम पिया हुआ है सो सारा जी सारा इलाका है इन्ना उपजाऊ इलाका वो किदी देन है नाइल रिवर दी क्योंकि वो रिवर अपने नाल जो पहाड़ों चो आती है जो हाईलैंड चो पहाड़ों चो आती है तो वह की लैके आती है अपने नाल बहुत ही ज़्यादा फाइनेस्ट सिल्ट सिल्ट की होंगी बहुत ही बरीक मिट्टी लैके आती है और डिपॉजिट कर दी जाती है जो वो उस इजिप्ट दे उस मैदानी इलाके चो निकलती है तो फिर अल्टीमेटली जिदा कि हर नदी जाके कितने मिलती है समुद्र के सो फिर वो समुंदर भी जाके मिल जाती है इजिप्ट इन फैक्ट वॉज मेड बाय इट्स रिवर सो इजिप्ट कंट्री बनी ही किदे नाल इन्नी उन्हें तरक्की ही किदे नाल कीती उन्हें नील नदी करके ही मतलब वो जो कंट्री बनी है तो इस नदी दी ही देन है इट्स एंशियंट सिविलाइजेशन वॉज क्रिएटेड एंड सस्टेन बाय द लाइफ गिविंग वॉटर्स विच कम डाउन ईयर आफ्टर ईयर विद अनफेलिंग रेगुलैरिटी सो यदी जड़ी इजिप्ट सो जड़ी इजिप्ट दी जड़ी एंशियंट सिविलाइजेशन है जड़ी यदी सभ्यता सब तो पुरानी मनी जाती है वो किदी देन है वो इस रिवर दी ही देन है क्योंकि ये मिट्टी लैके आती रही ये जड़ी रिवर सी और इन्हें वो सारी जड़ी वैली सी उन्हों क्रिएट कर दिता क्लियर सो नाउ वी मूव ऑन टू द नैक्सट पैराग्राफ I gave this example and could give many others to emphasize that this common substance which we take for granted in our everyday life is the most potent and the most wonderful thing on the face of our earth. So, kehnda main example kar li ditti hai tuhanu ki dassan waste ke ਇਹ ਜਿਹੜਾ ਕਾਮਨ ਸਬਸਟੈਂਸ ਹੈ ਕਾਮਨ ਸਬਸਟੈਂਸ ਮੀਨਸ ਜਿਹੜੀ ਆਮ ਮਿਲਣ ਵਾਲੀ ਚੀਜ਼ ਹੈ ਇਹ ਸਭ ਤੋਂ ਜ਼ਿਆਦਾ ਪਾਵਰਫੁਲ ਚੀਜ਼ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਚੀਜ਼ ਹੈ ਔਰ ਸਭ ਤੋਂ ਵੰਡਰਫੁਲ ਚੀਜ਼ ਹੈ ਅਦਭੁਤ ਚੀਜ਼ ਹੈ ਜਿਹੜੀ ਕਿ ਇਸ ਧਰਤੀ 'ਤੇ ਜੇ ਕੋਈ ਚੀਜ਼ ਪਾਈ ਜਾ ਸਕਦੀ ਹੈ ਤਾਂ ਸਭ ਤੋਂ ਅਦਭੁਤ ਅਤੇ ਸਭ ਤੋਂ ਜ਼ਿਆਦਾ ਜਿਹੜੀ ਸ਼ਕਤੀਸ਼ਾਲੀ ਚੀਜ਼ ਹੈ ਉਹ ਕੀ ਹੈ ਵਾਟਰ ਇਟ ਹੈਜ਼ ਪਲੇਡ ਅ ਰੋਲ ਆਫ ਵਾਸਟ ਸਿਗਨੀਫਿਕੈਂਸ ਇਨ ਸ਼ੇਪਿੰਗ ਦ ਕੋਰਸ ਆਫ ਦ ਅਰਥਸ ਹਿਸਟਰੀ ਐਂਡ ਕੰਟੀਨਿਊਸ ਟੂ ਪਲੇ ਦ ਲੀਡਿੰਗ ਰੋਲ ਇਨ ਦ ਡਰਾਮਾ ਆਫ ਲਾਈਫ ਔਨ ਦ ਸਰਫੇਸ ਆਫ ਆਵਰ ਪਲੈਨਟ ਸੋ ਇਹਨੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਸਾਡੇ ਇਤਿਹਾਸ ਦੇ ਵਿੱਚ ਅਤੇ ਇਹ ਅੱਗੇ ਵੀ ਰੋਲ ਪਲੇ ਕਰਦੀ ਜਾ There is nothing which adds so much to the beauty of the countryside as water, be it just a little stream trickling over the rocks or a little pond by the wayside where the cattle quench their thirst of an evening. So in the first two paragraphs he had spoken about the creation of soil by the river Nile. The rivers play a very important role in making a particular area fertile and he had proved this by giving the example of river Nile so river Nile has made Egypt a very fertile country just by flowing through it
ਸੋ ਉਹਨੇ ਪਹਿਲਾਂ ਕੀ ਦੱਸਿਆ ਸੀ ਕਿ ਨਦੀਆਂ ਜਿਹੜੀਆਂ ਉਹ ਕਿਸੇ ਵੀ ਧਰਤੀ ਨੂੰ ਕੀ ਬਣਾ ਦਿੰਦੀਆਂ, ਬਹੁਤ ਜ਼ਿਆਦਾ ਉਪਜਾਊ ਬਣਾ ਸਕਦੀਆਂ, ਕਿਉਂਕਿ ਕਿਸ ਤਰ੍ਹਾਂ ਬਣਾ ਦਿੰਦੀਆਂ ਕਿ ਜਿਹੜੀ ਨਦੀ ਆ ਆਪਣੇ ਨਾਲ ਜਦੋਂ ਉੱਪਰੋਂ ਦੀ ਆਉਂਦੀ ਹੈ ਪਹਾੜਾਂ 'ਚੋਂ ਆਉਂਦੀ ਹੈ ਆਪਣੇ ਨਾਲ ਬਹੁਤ ਹੀ ਉਪਜਾਊ ਮਿੱਟੀ, ਬਰੀਕ ਮਿੱਟੀ ਲੈ ਕੇ ਆਉਂਦੀ ਹੈ, ਔਰ ਜਿੱਦਾਂ ਜਿੱਦਾਂ ਉਹ ਲੰਘਦੀ ਹੈ ਉਸ ਜਗ੍ਹਾ ਤੋਂ ਕੀ ਕਰਦੀ ਜਾਂਦੀ ਹੈ, ਵਿੱਚ ਰਸਤੇ ਵਿੱਚ ਛੱਡਦੀ ਜਾਂਦੀ ਹੈ ਮਿੱਟੀ ਕਿਨਾਰਿਆਂ ਦੇ ਉੱਪਰ, ਫਿਰ ਜਿਹਦਾ ਨਤੀਜਾ ਕਿ ਨਿਕਲਦਾ ਕਿ ਬਹੁਤ ਸਾਲਾਂ ਬਾਅਦ ਉਹ ਸਾਰੀ ਧਰਤੀ ਹੀ ਕੀ ਹੋ ਜਾਂਦੀ ਹੈ ਰਿਵਰ ਦੇ ਕਰਕੇ, ਕਿਉਂਕਿ ਰਿਵਰ ਲੈ ਕੇ ਆਈ ਸੀ ਉਹ ਉਪਜਾਊ ਧਰਤੀ, ਇਸ ਕਰਕੇ ਸਾਰੀ ਹੀ ਧਰਤੀ ਉੱਥੋਂ ਦੀ ਕੀ ਹੋ ਜਾਂਦੀ ਹੈ ਉਪਜਾਊ ਹੋ ਜਾਂਦੀ ਹੈ। ਸੋ ਹੁਣ ਉਹ ਨੈਕਸਟ ਕੀ ਗੱਲ ਕਰ ਰਿਹਾ ਕਿ ਜਿਹੜਾ ਵਾਟਰ ਹੈਗਾ ਇਟ ਐਡਸ ਟੂ ਦ ਬਿਊਟੀ ਆਫ ਦ ਲੈਂਡਸਕੇਪ ਆਲਸੋ, ਕਿ ਕੰਟਰੀ ਸਾਈਡ ਦੀ ਜਿਹੜੀ ਬਿਊਟੀ ਹੈ ਉਹਨੂੰ ਵੀ ਕਿਹੜੀ ਚੀਜ਼ ਇਨਕਰੀਜ਼ ਕਰਦੀ ਹੈ ਦ ਵਾਟਰ। ਫੋਰ ਇਗਜ਼ਾਮਪਲ ਉਹਨੇ ਕੀ ਕਿਹਾ ਕਿ ਕਿਸੇ ਵੀ ਜਗ੍ਹਾ ਦੀ ਖੂਬਸੂਰਤੀ ਨੂੰ ਕੋਈ ਹੋਰ ਚੀਜ਼ ਇੰਨਾ ਨਹੀਂ ਵਧਾ ਸਕਦੀ ਜਿੰਨੀ ਕਿ ਵਾਟਰ ਹੈ। ਬੇਸ਼ੱਕ ਉਹ ਕੋਈ ਛੋਟੀ ਜਿਹੀ ਮਾੜੀ ਜਿਹੀ ਕੋਈ ਨਦੀ ਨਿਕਲ ਕੇ ਆ ਰਹੀ ਹੋਵੇ, ਔਰ ਜਾਂ ਕੋਈ ਸਪੋਜ਼ ਤੁਸੀਂ ਕਿਸੇ ਵੇਲੇ ਜਾਂਦੇ ਹੋ ਕਿਤੇ ਤੁਹਾਨੂੰ ਪੌਂਡ ਕੋਈ ਦਿਖਦਾ ਹੈਗਾ, ਈਵਨ ਦੈਟ ਐਡਸ ਟੂ ਦ ਬਿਊਟੀ ਆਫ ਦ ਲੈਂਡਸਕੇਪ। ਕਿ ਛੱਪੜ ਵੀ ਈਵਨ ਜਿਹੜਾ ਹੁੰਦਾ ਉਹ ਜਿੱਥੇ ਕਿ ਆ ਕੇ ਜਿਹੜੇ ਜਾਨਵਰ ਹੈਗੇ ਆ, ਜਿਹੜੇ ਡੰਗਰ ਹੈਗੇ ਆ, ਉਹ ਆਪਣੀ ਪਿਆਸ ਬੁਝਾਉਂਦੇ, ਈਵਨ ਦੈਟ ਪੌਂਡ, ਵਿਲੇਜ ਪੌਂਡ, ਇਟ ਐਡਸ ਟੂ ਦ ਬਿਊਟੀ ਆਫ ਦੈਟ ਪਲੇਸ। ਸੋ ਇਹ ਦੂਜਾ ਉਹਨੇ ਤੁਹਾਨੂੰ ਪਾਣੀ ਦਾ ਇੱਕ ਤਰ੍ਹਾਂ ਦਾ ਫਾਇਦਾ ਦੱਸਿਆ ਕਿ ਇਹ ਬਹੁਤ ਜਗ੍ਹਾ ਦੀ ਖੂਬਸੂਰਤੀ ਨੂੰ ਵਧਾ ਦਿੰਦੀ ਹੈ। ਸੋ ਫਿਰ ਅੱਗੇ ਕੀ ਕਹਿ ਰਿਹਾ, ਦ ਰੇਨ ਫੈਡ ਟੈਂਕਸ ਦੈਟ ਆਰ ਸੋ ਕਾਮਨ ਇਨ ਸਾਊਥ ਇੰਡੀਆ, ਅਲਾਸ ਆਫਨ ਸੋ ਸੈਡਲੀ ਨਿਗਲੈਕਟਿਡ ਇਨ ਦਰ ਮੇਨਟੇਨੈਂਸ, ਆਰ ਅ ਚੀਅਰਿੰਗ ਸਾਈਟ ਵੈਨ ਦੇ ਆਰ ਫੁੱਲ। ਸੋ ਫਿਰ ਉਹਨੇ ਕਾਹਦੀ ਇਗਜ਼ਾਮਪਲ ਦਿੱਤੀ ਹੈ ਕਿ ਈਵਨ ਜਿਹੜੇ ਆਰਟੀਫਿਸ਼ਲ ਟੈਂਕਸ ਹੈ ਜਿਹੜੇ ਕਿ ਸਾਊਥ ਇੰਡੀਆ 'ਚ ਕ੍ਰੀਏਟ ਕੀਤੇ ਗਏ ਹੈ, ਈਵਨ ਰਾਜਸਥਾਨ 'ਚ ਵੀ ਕ੍ਰੀਏਟ ਕੀਤੇ ਗਏ, ਜਿਹੜੇ ਕਿ ਟੈਂਕਸ ਜਿਹੜੇ ਉਹ ਕੀ ਹੈਗੇ ਆ, ਉਹ ਬਾਰਿਸ਼ ਅਤੇ ਪਾਣੀ ਦੀ ਸਾਂਭ ਸੰਭਾਲ ਵਾਸਤੇ ਜਿਹੜੇ ਕਿ ਬਣਾਏ ਗਏ ਆ, ਔਰ ਜਿਹਨਾਂ ਵਿੱਚ ਕਿ ਬਾਰਿਸ਼ ਦਾ ਪਾਣੀ ਭਰਿਆ ਜਾਂਦਾ ਹੈ। ਕਹਿੰਦੇ ਉਹ ਵੀ ਬਹੁਤ ਜ਼ਿਆਦਾ ਖੂਬਸੂਰਤ ਲੱਗਦੇ, ਖਾਸ ਤੌਰ 'ਤੇ ਜਦੋਂ ਪੂਰੀ ਤਰ੍ਹਾਂ ਨਾਲ ਭਰੇ ਹੁੰਦੇ ਆ। ਉਹਨੇ ਵਿੱਚ ਨਾਲ ਕੀ ਗੱਲ ਕੀਤੀ, ਅਲਾਸ ਆਫਨ ਸੋ ਸੈਡਲੀ ਨੈਗਲੈਕਟਿਡ ਇਨ ਦੇਅਰ ਮੇਨਟੇਨੈਂਸ, ਕਿ ਇਹਨਾਂ ਦੀ ਜ਼ਿਆਦਾ ਸਾਫ਼ ਸਫਾਈ ਵੱਲ ਨਹੀਂ ਕੋਈ ਧਿਆਨ ਦਿੱਤਾ ਜਾਂਦਾ, ਇਹਨਾਂ ਨੂੰ ਕਾਹਦੇ ਲਈ ਬਣਾਇਆ ਗਿਆ ਕਿ ਪਾਣੀ ਜਿਹੜਾ ਰੇਨ ਵਾਟਰ ਹੈ, ਕਿਉਂਕਿ ਉੱਧਰ ਪਾਣੀ ਦੀ ਕਿੱਲਤ ਹੈ ਤਾਂ ਰੇਨ ਵਾਟਰ ਉਹਨਾਂ ਦੇ ਵਿੱਚ ਇਕੱਠਾ ਹੁੰਦਾ ਰਹੇ। ਸੋ ਬੇਸ਼ੱਕ ਉਹਨਾਂ ਦੀ ਸਫਾਈ ਵਗੈਰਾ ਵੱਲ, ਮੇਨਟੇਨੈਂਸ ਵੱਲ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਈਵਨ ਦੈਨ ਦੇ ਲੁੱਕ ਵੈਰੀ ਬਿਊਟੀਫੁੱਲ ਐਂਡ ਦੇ ਐਡ ਟੂ ਦ ਬਿਊਟੀ ਆਫ ਦੈਟ ਪਲੇਸ, ਦੈਟ ਕੰਟਰੀ ਸਾਈਡ। They are of course shallow, but this is less evident since the water is silt laden and throws the light back and the bottom does not therefore show up. So ਇਹ ਵਾਲੇ ਜਿਹੜੀਆਂ ਕਿਉਂਕਿ ਮਨੁੱਖ ਨੇ ਬਣਾਏ ਹੈ ਟੈਂਕਸ, ਇਹ ਕੀ ਹੈਗੇ ਸ਼ੈਲੋ ਹੈ, ਸ਼ੈਲੋ ਮੀਨਸ ਜ਼ਿਆਦਾ ਗਹਿਰੇ ਨਹੀਂ ਹੈ ਕਿ ਪਾਣੀ ਵਗ ਨਾ ਜਾਵੇ ਕਿਤੇ, ਇਸ ਕਰਕੇ ਬਾਰਿਸ਼ ਦੇ ਪਾਣੀ ਨੂੰ ਇਕੱਠੇ ਕਰਨ ਵਾਸਤੇ ਬਣਾਏ ਗਏ ਹੈ। ਪਰ ਕਹਿੰਦਾ ਕਿ ਇਹ ਦਿਖਦੇ ਹੀ ਨਹੀਂ ਹੈ ਕਿਉਂਕਿ ਇਹ ਇਹਨਾਂ ਦੀ ਸਫਾਈ ਨਹੀਂ ਹੋਈ ਹੁੰਦੀ। ਸੋ ਦੇ ਆਰ ਦ ਵਾਟਰ ਇਜ਼ ਸਿਲਟ ਲੇਟਨ, ਮਤਲਬ ਮਿੱਟੀ ਵਾਲਾ ਪਾਣੀ ਹੁੰਦਾ ਹੈ। ਸੋ ਇਹਨਾਂ ਦਾ ਜਿਹੜਾ ਨੀਚਾ ਬੋਟਮ ਹੈ ਉਹ ਤਾਂ ਦਿਖਦਾ ਨਹੀਂ ਹੈ। ਦੀਸ ਟੈਂਕਸ ਪਲੇ ਅ ਵਾਈਟਲ ਰੋਲ ਇਨ ਸਾਊਥ ਇੰਡੀਅਨ ਐਗਰੀਕਲਚਰ। ਸੋ ਇਹ ਕਾਹਦੇ ਵਾਸਤੇ ਬਣਾਏ ਗਏ ਸੀ ਕਿ ਬਾਰਿਸ਼ ਦਾ ਪਾਣੀ ਇਕੱਠਾ ਕਰ ਲਿਆ ਜਾਏ, ਕਿਉਂਕਿ ਉੱਥੇ ਘੱਟ ਹੁੰਦੀ ਹੈ ਬਾਰਿਸ਼। ਸੋ ਜਦੋਂ ਹੁੰਦੀ ਹੈ ਉਸ ਪਾਣੀ ਨੂੰ ਇਕੱਠਾ ਕਰਕੇ ਬਾਅਦ 'ਚ ਉਸ ਪਾਣੀ ਨੂੰ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ, ਇਟ ਇਜ਼ ਯੂਜ਼ਡ ਫੋਰ ਦ ਪਰਪਜ਼ਿਸ ਆਫ ਇਰੀਗੇਸ਼ਨ, ਸਿੰਚਾਈ ਵਾਸਤੇ। ਸੋ ਐਗਰੀਕਲਚਰ ਦੇ ਵਿੱਚ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ ਮੈਸੂਰ ਫੋਰ ਇਗਜ਼ਾਮਪਲ ਮਚ ਆਫ ਦ ਰਾਈਸ ਇਜ਼ ਗਰੋਨ ਅੰਡਰ ਦੈਮ। ਸੋ ਉਹਨੇ ਫਿਰ ਇੱਕ ਇਗਜ਼ਾਮਪਲ ਦਿੱਤੀ ਹੈ ਸਾਊਥ ਇੰਡੀਅਨ ਸਟੇਟ ਦੀ ਕਿ ਮੈਸੂਰ ਦੇ ਵਿੱਚ ਖਾਸ ਤੌਰ ਦੇ ਉੱਪਰ ਇਹਨੂੰ ਚੌਲਾਂ ਦੀ ਖੇਤੀ ਵਾਸਤੇ ਇਹਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ। ਸਮ ਆਫ ਦੀਸ ਟੈਂਕਸ ਆਰ ਸਰਪ੍ਰਾਈਜ਼ਿੰਗਲੀ ਲਾਰਜ ਐਂਡ ਇਟ ਇਜ਼ ਅ ਬਿਊਟੀਫੁਲ ਸਾਈਟ ਟੂ ਸੀ ਦ ਸਨ ਰਾਈਜ਼ ਔਰ ਸੈੱਟ ਓਵਰ ਵਨ ਆਫ ਦੈਮ। ਕਿ ਕਈ ਬਹੁਤ ਵੱਡੇ ਵੀ ਹੁੰਦੇ ਆ ਅਤੇ ਬਹੁਤ ਸੋਹਣੇ ਲੱਗਦੇ ਆ ਜਦੋਂ ਖਾਸ ਤੌਰ 'ਤੇ ਸੂਰਜ ਉੱਗ ਰਿਹਾ ਹੁੰਦਾ ਜਾਂ ਡੁੱਬ ਰਿਹਾ ਹੁੰਦਾ। ਵਾਟਰ ਇਨ ਅ ਲੈਂਡਸਕੇਪ ਮੇ ਬੀ ਕੰਪੇਅਰ ਟੂ ਦ ਆਈਜ਼ ਇਨ ਅ ਹਿਊਮਨ ਫੇਸ, ਇਟ ਰਿਫਲੈਕਟਸ ਦ ਮੂਡ ਆਫ ਦ ਆਰ ਬੀਂਗ ਬ੍ਰਾਈਟ ਐਂਡ ਗੇ ਵੈਨ ਦ ਸਨ ਸ਼ਾਈਨਸ, ਟਰਨਿੰਗ ਟੂ ਡਾਰਕ ਐਂਡ ਗਲੂਮੀ ਵੈਨ ਦ ਸਕਾਈ ਇਜ਼ ਓਵਰਕਾਸਟ। ਸੋ ਵਾਟਰ ਇਨ ਲੈਂਡਸਕੇਪ ਨੂੰ ਕਾਹਦੇ ਨਾਲ ਕੰਪੇਅਰ ਕੀਤਾ ਉਹਨੇ, ਜਿੱਦਾਂ ਕਿ ਮਨੁੱਖੀ ਚਿਹਰੇ ਦੇ ਉੱਪਰ ਜਿਸਿਆਂ ਜਿਹੜੀਆਂ ਅੱਖਾਂ ਹੁੰਦੀਆਂ, ਜਿੱਦਾਂ ਅੱਖਾਂ ਜਿਹੜੀਆਂ ਉਹ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੀਆਂ, ਉਸੇ ਤਰ੍ਹਾਂ ਵਾਟਰ ਵੀ ਚਿਹਰੇ ਵਾਟਰ ਵੀ ਜ਼ਮੀਨ ਦੀ ਖੂਬਸੂਰਤੀ ਨੂੰ ਵਧਾਉਂਦਾ ਜਿੱਥੇ ਵੀ ਕੋਈ ਵਾਟਰ ਬਾਡੀ ਹੋਵੇ। ਸੋ ਉਹਨੇ ਖਾਸ ਕੀ ਕਿਹਾ ਕਿ ਭਾਵੇਂ ਕੋਈ ਛੋਟਾ ਛੱਪੜ ਹੀ ਹੋਵੇ ਜਾਂ ਛੋਟੀ ਜਿਹੀ ਕਿਤੋਂ ਦੀ ਕੋਈ ਨਾਲਾ ਨਿਕਲ ਰਿਹਾ ਹੋਵੇ, ਉਹ ਕੀ ਕਰਦਾ ਉਹ ਜਗ੍ਹਾ ਨੂੰ ਹੋਰ ਸੋਹਣਾ ਬਣਾ ਦਿੰਦਾ। ਉਹਨੇ ਫਿਰ ਕੀ ਤੁਹਾਨੂੰ ਦੱਸਿਆ ਕਿ ਦੂਸਰੀ ਗੱਲ ਕੀ ਹੈ ਕਿ ਵਾਟਰ ਜਿਹੜਾ
सिर्फ खूबसूरती नहीं बढ़ाता बल्कि जिस तरह के मनुख दियाँ अखा दस दिंदियाँ कि उहदा मूड किदां दा है, जे मनुख खुश हैगा उहदी अखा दस दिंदियाँ, जे उदास है जे वह चिंतित है वरिड है तां वी अखा ही दस दिंदियाँ। इसी तरह के नाल जिहड़ा वॉटर है वह तुहानू की दस दिंदा है कि मौसम का मिजाज किस तरह का है। फॉर एग्जाम्पल जे बहुत धुप निकली हुई है तो पानी भी चमक रहा होएगा, और जे सपोज गहरे बदल छाए हुए है मौसम खराब है जे तो फिर पानी का रंग भी की हो जाएगा काला हो जाता है। ठीक है, सो जिदा अखा दस दिंदियाँ मनुख का मूड उस तरह के नाल जिहड़ा वॉटर है वह कि मिजाज दस दिंदियाँ कि मूड दस दिंदियाँ नेचर का। नैक्सट पैरा देखो, वन ऑफ द मोस्ट रिमार्केबल फैक्ट्स अबाउट वॉटर इज इट्स पावर टू कैरी सिल्ट और फाइनली डिवाइडेड सॉयल इन सस्पेंशन। सो फिर उन्हें फिर उही गल कर रहे जिहड़ा कि उन्हें तुहानू फस्ट पैराग्राफ च कही सी, और वह की है कि सब तो ज़्यादा जिहड़ी अद्भुत चीज़ है पानी की वह की है कि बहुत लंबे फासलिया तक ये सिल्ट नू लैके चला जाता पानी। ये जिहड़ी बहुत उपजाऊ जिहड़ी मिट्टी हुंदी है जिहड़ी कि बरीक मिट्टी हुंदी है उहनू बहुत बहुत डिस्टेंसिस तक जिहड़ी नदी अपने नाल लैके चलती है तो कित्थों तक कित्थे पहुँचा दिंदी है। दिस इज़ द ओरिजन ऑफ द करैक्टरिस्टिक कलर ऑफ द वॉटर इन रेन फेड टैंक्स। दिस कलर varies with the nature of the earth in the catchment area and is most vividly immediately after a fresh inflow following rain. So kyunki pani hamesha mitti naal carry karda hai, so pani da vi color ohi hunda jehda ohde vich mitti da color hunda jehda ki oh pani carry karda hai. So swiftly flowing water can carry fairly large and heavy particles. So khaas taur te jehda bahut tez vagda pani hunda hai, ਜਦੋਂ ਪਾਣੀ ਦਾ ਬਹਾਵ ਬਹੁਤ ਤੇਜ਼ ਹੋਵੇ ਤਾਂ ਉਹ ਆਪਣੇ ਨਾਲ ਕਾਫੀ ਜ਼ਿਆਦਾ ਵੱਡੇ ਵੱਡੇ ਮਿੱਟੀ ਦੇ ਕਣ ਲੈ ਕੇ ਆ ਜਾਂਦਾ ਹੈ। ਜਦੋਂ ਕਿ ਖਾਸ ਤੌਰ 'ਤੇ ਤੇਜ਼ ਬਹਾਵ ਵਾਲਾ ਪਾਣੀ ਹੈ ਤਾਂ ਪਹਾੜਾਂ ਤੋਂ ਬਹੁਤ ਜ਼ਿਆਦਾ ਮਿੱਟੀ ਲੈ ਆਉਂਦਾ ਹੈ ਅਤੇ ਖਾਸ ਤੌਰ 'ਤੇ ਵੱਡੇ ਵੱਡੇ ਪਾਰਟੀਕਲਸ ਵੀ ਆਪਣੇ ਨਾਲ ਲੈ ਆਉਂਦਾ ਹੈ।